ਮਲੇਰਕੋਟਲਾ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਇੱਕ ਅਲੱਗ ਹੀ ਕਿਸਮ ਦਾ ਹੈਰੀਟੇਜ ਮੇਲਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ 100 ਸਾਲ ਤੋਂ ਲੈ ਕੇ 150 ਸਾਲ ਤੱਕ ਦੇ ਪੁਰਾਤਨ ਵਿਰਾਸਤੀ ਵਸਤੂਆਂ ਵਿਦਿਆਰਥੀਆਂ ਵੱਲੋਂ ਹੀ ਆਪਣੇ ਆਪਣੇ ਘਰਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰਦਰਸ਼ਨੀ ਸਕੂਲ ਵਿੱਚ ਲਗਾਈ ਗਈ। ਸਾਇੰਸ ਕਮ ਆਰਟ ਐਗਜ਼ੀਬਿਸ਼ਨ ਇਜ਼ ਆਰਗੇਨਾਈਜ਼ਡ ਬਾਈ ਮਾਈ ਸਟੂਡੈਂਟ ਆਫ ਮਾਡਰਨ ਸੈਕੂਲਰ ਸਕੂਲ। ਇਸ ਦੇ ਵਿੱਚ ਮੈਂ ਬੱਚਿਆਂ ਦੇ ਜੋ ਵੀ ਬੱਚਿਆਂ ਨੇ ਕੰਮ ਕਰਿਆ ਉਹਨੂੰ ਦਿਲੋਂ ਐਪਰੀਸ਼ੀਏਟ ਕਰਦੀ ਹਾਂ ਅਤੇ ਮੋਟੀਵੇਟ ਵੀ ਕਰਦੀ ਹਾਂ ਕਿ ਅੱਗੇ ਤੋਂ ਬੱਚੇ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਦੇ ਰਹਿਣ, ਕਿਉਂਕਿ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਨ ਦੇ ਨਾਲ ਬੱਚਿਆਂ ਦੇ ਵਿੱਚ ਲੈਵਲ ਆਫ ਕੋਨਫੀਡੈਂਸ ਵੀ ਵੱਧਦਾ ਹੈ, ਹਰ ਤਰ੍ਹਾਂ ਦੀ ਸਕਿੱਲ ਆਉਂਦੀ ਹੈ, ਗੁੱਡ ਮੋਰਲ ਵੈਲਿਊਜ਼ ਵੀ ਪੈਦਾ ਹੁੰਦੀਆਂ ਹਨ। ਅਤੇ ਨਾਲ ਦੇ ਨਾਲ ਸਰ ਇੱਕ ਗੱਲ ਇਹ ਵੀ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦੇ ਐਕਟੀਵਿਟੀਜ਼ ਦੇ ਨਾਲ ਬੱਚੇ ਆਪਣੀ ਹਿਡਨ ਟੈਲੈਂਟ ਨੂੰ ਪਹਿਚਾਣਦੇ ਨੇ ਔਰ ਦੇ ਕਮ ਟੂ ਨੋ ਅਬਾਊਟ ਦੇਅਰ ਕੈਪੇਬਿਲਿਟੀਜ਼ ਆਲਸੋ, ਔਰ ਇਹ ਅੱਜ ਦੀ ਲੋੜ ਵੀ ਹੈ। ਸਾਡੇ ਸਕੂਲ ਵਾਲਿਆਂ ਨੇ ਐਗਜ਼ੀਬਿਸ਼ਨ ਲਗਾਈ ਹੈ ਜਿਸ ਵਿੱਚ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਜਾਣਨ ਦੀ ਮੌਕਾ ਮਿਲਿਆ, ਜਾਣਨ ਲਈ ਮੌਕਾ ਮਿਲਿਆ। ਅਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਸਭ ਕੁਝ ਦੇਖਣ ਨੂੰ ਮਿਲਿਆ, ਕਿਉਂਕਿ ਅੱਜ ਦੇ ਵਿਦਿਆਰਥੀ ਨੇ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਨੇ, ਪੱਛਮੀ ਸੱਭਿਆਚਾਰ ਨੂੰ ਅਪਣਾਈ ਜਾ ਰਹੇ ਨੇ, ਜੋ ਕਿ ਬਹੁਤ ਗਲਤ ਗੱਲ ਹੈ। ਸਾਨੂੰ ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ, ਪਰੰਤੂ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ। ਇਹੀ ਅੱਜ ਸਾਡੇ ਸਕੂਲ ਨੇ ਆਪਣੇ ਵਿਰਸੇ ਨੂੰ ਪ੍ਰਗਟ ਕੀਤਾ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਕੂਲ ਨੇ ਇਹ ਬਹੁਤ ਵਧੀਆ ਕੰਮ ਕੀਤਾ ਅਤੇ ਸਾਨੂੰ ਬਹੁਤ ਕੁਝ ਜਾਣਨ ਲਈ ਮਿਲਿਆ। ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਰਟ, ਚੈਨਲ 2।